ਕਰਤਾ ਟੀਵੀ ਦੇਖ ਰਹੇ ਸਮੂਹ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਰਬਜੀ ਪਿੰਡ ਆਲਮਪੁਰ ਕੋਲੀ ਜ਼ਿਲ੍ਹਾ ਪਟਿਆਲਾ ਵਿਖੇ ਸਾਡੇ ਨਾਲ ਮੌਜੂਦ ਨੇ ਸਿੱਖ ਪੰਥ ਦੀ ਮਹਾਨ ਸ਼ਖਸੀਅਤ ਸੰਤ ਬਾਬਾ ਅਰਜਨ ਸਿੰਘ ਜੀ ਸੰਗਤਾਂ ਨੂੰ ਦੱਸ ਦਈਏ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਪੁਰਖਾਂ ਦੀ ਯਾਦ ਵਿੱਚ ਮਹਾਨ ਗੁਰਮਤ ਸਮਾਗਮ ਜਿਹੜੇ ਕਰਾਏ ਜਾ ਰਹੇ ਨੇ ਆਓ ਗੱਲ ਕਰਦੇ ਹਾਂ ਬਾਬਾ ਜੀ ਨਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਤੇ ਕਿਹੜੇ ਕਿਹੜੇ ਮਹਾਪੁਰਸ਼ ਜਿਹੜੇ ਨੇ ਇਸ ਦੇ ਵਿੱਚ ਪਹੁੰਚਣਗੇ ਇਸ ਸਮਾਗਮ ਦੇ ਜੋ ਹਰ ਸਾਲ ਦੀ ਤਰ੍ਹਾਂ 24 ਸਤੰਬਰ ਤੋਂ ਲੈ ਕੇ 30 ਸਤੰਬਰ ਤੱਕ ਮਹਾਨ ਸੰਸਮਾਗਮ ਮਨਾਇਆ ਜਾਂਦਾ ਹੈ ਬਾਬਾ ਰਬ ਜੀ ਅਤੇ ਬਾਬਾ ਹਰਪਾਇੰਦਰ ਦੀ ਸਾਲਾਨਾ ਵਰਸੀ ਦੇ ਸੰਬੰਧ ਵਿੱਚ 7 ਤੋਂ 10 ਵਜੇ ਤੱਕ ਰਾਤ ਦੇ ਦੀਵਾਨ ਸਜਾਏ ਜਾਂਦੇ ਨੇ ਜਿਸ ਦੇ ਵਿੱਚ ਪੰਥ ਦੀਆਂ ਮਹਾਨ ਸ਼ਖਸੀਅਤਾਂ ਸਿੰਘ ਸਹਿਬਾਨ ਅਕਾਲ ਤਖਤ ਦੇ ਜਥੇਦਾਰ ਰਗਵੀਰ ਸਿੰਘ ਜੀ ਜਥੇਦਾਰ ਹਰਪ੍ਰੀਤ ਸਿੰਘ ਜੀ ਦਮਦਮਾ ਸਾਹਿਬ ਤੋਂ ਉਹ ਵੀ ਉੱਚੇ ਚੇਤੂਰ ਦੇ ਉਤੇ ਆ ਕੇ 30 ਤਰੀਕ ਨੂੰ ਹਾਜ਼ਰ ਲਗਾਉਣਗੇ ਜਥੇਦਾਰ ਸੁਲਤਾਨ ਸਿੰਘ ਜੀ ਕੇਸਗੜ੍ਹ ਸਾਹਿਬ ਤੋਂ ਬਾਬਾ ਬਲਵੀਰ ਸਿੰਘ ਜੀ 94 ਕਰੋੜੀ ਬੁੱਢਾ ਦਲ ਚਲਦਾ ਵਹੀਰ ਸੰਤ ਮਾਪੁਰਖ ਬਾਬਾ ਜੋਗਾ ਸਿੰਘ ਜੀ ਬਾਈਪਾਸ ਕਰਨਾਲ ਤੋਂ ਬਾਬਾ ਕਾਲਾ ਸਿੰਘ ਜੀ ਅਤੇ ਰਾਗੀ ਜਥੇ ਢਾਡੀ ਜਥੇ ਗੁਰਪ੍ਰੀਤ ਸਿੰਘ ਜੀ ਲਾਂਡਰਾ ਬਲਵੀਰ ਸਿੰਘ ਜੀ ਪਾਰਸ ਤੇ ਸੰਤ ਮਹਾਂਪੁਰਖ ਰਾਲਾ ਸਾਹਿਬ ਵਾਲੇ ਬਾਬਾ ਭਪਿੰਦਰ ਸਿੰਘ ਜੀ ਤੇ ਹੋਰ ਰਾਗੀ ਜਤੇ ਕਥਾਵਾਚਕ ਇਸ ਥਾਂ ਦੇ ਉੱਤੇ ਪਹੁੰਚ ਰਹੇ ਨੇ ਤੇ ਸੰਗਤ ਨੂੰ ਅਪੀਲ ਕਰਦੇ ਆ ਕਿ ਵੱਧ ਚੜ ਕੇ ਸੰਗਤਾਂ ਇਸ 7 ਦਿਨ ਦੇ ਮਹਾਨ ਕੁੰਭ ਦੇ ਵਿੱਚ ਆ ਕੇ ਜਿਹੜਾ ਲਹਾ ਲੈਣ ਜੋ ਕਿ ਬਹੁਤ ਵੱਡੀ ਸੇਵਾ ਜਿਹੜੀ ਐ ਸੰਗਤ ਦੀ ਜੋ 1 ਮਹੀਨੇ ਤੋਂ ਲਗਾਤਾਰ ਸਾਡੇ ਨੌਜਵਾਨ ਵੀਰ ਬੀਬੀਆਂ ਭੈਣਾ ਇਹ ਲਗਾਤਾਰ ਜਿਹੜੀਆਂ ਸੇਵਾ ਕਰ ਰਹੀਆਂ ਨੇ ਤੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜੋ ਮੁੰਡੇ ਦੇ ਨਾਲ ਮੁੰਡਾ ਦਿਨ ਰਾਤ ਇੱਕ ਕੀਤਾ ਹੋਇਆ ਬੀਬੀਆਂ ਨੇ ਬੱਚਿਆਂ ਨੇ ਨੌਜਵਾਨ ਵੀਰਾਂ ਨੇ ਬਜ਼ੁਰਗਾਂ ਨੇ ਸਾਰੇ ਜਿਹੜਾ ਇਸ ਮਹਾਨ ਕੁੰਭ ਦੇ ਵਿੱਚ ਆਪਣੀ ਦਸਾਂ ਨੂਆਂ ਦੀ ਕਿਰਤ ਕਮਾਈ ਨੂੰ ਸਫਲਾ ਕਰ ਰਹੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਸੰਗਤਾਂ ਲਾਹ ਲੈਂਦੀਆਂ ਨੇ ਆ ਕੇ ਉੱਥੇ ਬੈਠ ਕੇ ਵੀ ਕਰਤਾ ਟੀਵੀ ਤੋਂ ਜਿਹੜਾ ਜੋ ਕਿ 29 ਤੇ 30 ਸਤੰਬਰ ਨੂੰ ਲਾਈਵ ਹੋਣਾ ਉਸ ਲਾਈਵ ਦੇ ਵਿੱਚ ਸੰਗਤਾਂ ਜਿਹੜੀਆਂ ਨੇ ਉਹ ਵਾਦ ਚੜ ਕੇ ਲਾਹ ਲੈ ਸਕਦੀਆਂ ਨੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਬਬਾ ਜੀ ਮੈਂ ਪੁੱਛਣਾ ਹੈ ਇਹਦਾ ਸਮਾਗਮ ਦਾ ਸਮਾਂ ਹੋਊਗਾ ਸਵੇਰ ਦਾ ਹੈ ਜਾਂ ਸ਼ਾਮ ਦਾ ਹੋਏਗਾ ਜੀ ਇਹ ਜਿਹੜਾ ਸਮਾਗਮ ਦਾ ਸਮਾਂ ਜਿਹੜਾ ਹਰ ਰੋਜ਼ ਸ਼ਾਮ ਨੂੰ 7 ਤੋਂ 10:30 ਵਜੇ ਤੱਕ ਇਹ ਮਹਾਨ ਗੁਰਮਤ ਸਮਾਗਮ ਜਿਹੜਾ ਹੈ ਇਹ ਚੱਲਿਆ ਕਰੇਗਾ ਤੇ ਅਲੱਗ-ਅਲੱਗ ਦਿਨ ਜਿਹੜੇ ਨੇ ਸੰਤਮਾਪੁਰਖ ਆ ਕੇ ਹਾਜ਼ਰੀ ਭਰਿਆ ਕਰਨਗੇ ਹਰ ਇੱਕ ਮਹਾਂਪੁਰਖ ਦਾ ਜਿਹੜਾ ਬੇਰਵਾ ਉਹ ਫੇਸਬੁੱਕ ਦੇ ਉੱਤੇ ਜਿਹੜਾ ਕਾਰਡ ਪਿਆ ਹੋਇਆ ਹੈ ਉਹਦੇ ਉੱਤੇ ਜਿਹੜਾ ਚੱਲ ਰਿਹਾ ਹੈ ਇਸ ਸਾਲ ਉਹ ਬੇ ਜਿਹੜਾ ਨਗਰ ਕੀਰਤਨ ਆ ਉਹ ਕਿੰਨੀ ਤਰੀਕ ਨੂੰ ਸਜਾਇਆ ਜਾਣਾ ਜੀ ਨਗਰ ਕੀਰਤਨ ਜੋ ਹਰ ਸਾਲ ਦੀ ਤਰ੍ਹਾਂ 29 ਤਰੀਕ ਨੂੰ 3 ਵਜੇ ਜਿਹੜਾ ਨਗਰ ਕੀਰਤਨ ਆਰੰਭ ਹੋਵੇਗਾ ਜੋ ਆਲਮਪੁਰ ਦੀ ਪ੍ਰਕਰਮਾ ਕਰਦਾ ਹੋਇਆ ਡੇਰਾ ਬਾਬਾ ਰਬ ਜੀਸਤਾਨ ਤੇ ਸ਼ਾਮ ਨੂੰ 6 6:30 ਵਜੇ ਵਾਪਸੀ ਪਹੁੰਚੇਗਾ ਉਸ ਤੋਂ ਉਪਰੰਤ ਜਿਹੜਾ ਰਾਤ ਨੂੰ 12 ਵਜੇ ਤੱਕ ਦੀਵਾਨ ਸਜਾਇਆ ਜਾਏਗਾ ਜਿਸ ਦੇ ਵਿੱਚ ਸੰਤ ਮਹਾਂਪੁਰਖ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਉਹਨਾਂ ਦੇ ਜਥੇਦਾਰ ਬਾਬਾ ਸੁਰਜਨ ਸਿੰਘ ਜੀ ਬਾਬਾ ਲਾਲ ਸਿੰਘ ਜੀ ਬਾਬਾ ਦਲਵੀਰ ਸਿੰਘ ਜੀ ਬਾਬਾ ਮਨਮੋਹਨ ਸਿੰਘ ਜੀ ਲੰਗਰਾਂ ਵਾਲੇ ਉਹ ਵੀ ਆ ਕੇ ਸਮਾਗਮ ਦੇ ਵਿੱਚ ਹਾਜ਼ਰੀ ਭਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ